पुलिस जिला बटाला की सीआईए स्टाफ की तरफ से एक महिला को नशीली गोलियां और हीरोइन समेत काबू करने का दावा किया है। वहीं पुलिस ने दावा किया है कि महिला पर पहले भी नशे की तस्करी का केस दर्ज है और वह एक व्यक्ति के साथ मिलकर नशे बेचने का धंधा करती है। दोनों को गिरफ्तार कर अगली कानूनी कार्रवाई की जा रही है। ਸਾਡੇ ASI ਇਕਬਾਲ ਸਿੰਘ CAA ਸਟਾਫ ਤੋਂ ਅਤੇ ਉਹਦੇ ਨਾਲ ਹੋਰ ਸਾਥੀ ਕਰਮਚਾਰੀਆਂ ਨੇ ਨਾਕਾ ਲਾਇਆ ਸੀ ਅਲੀਵਾਲ ਰੋਡ 'ਤੇ। ਉੱਥੇ ਤੜਕੇ 6:30 ਦੇ ਕਰੀਬ ਇੱਕ ਮਰਦ ਅਤੇ ਇੱਕ ਔਰਤ ਐਕਟਿਵਾ 'ਤੇ ਆ ਰਹੇ ਸੀ, ਜਿਨ੍ਹਾਂ ਨੂੰ ਰੋਕ ਕੇ ਉਹਨਾਂ ਦਾ ਜਿਹੜੀ ਔਰਤ ਆ ਇਹਦੇ ਹੱਥ 'ਚ ਜਿਹੜਾ ਸਮਾਨ ਫੜਿਆ ਸੀ ਇਹਨੇ ਫਟਾਫਟ ਦੂਜੇ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ, ਬੰਦੇ ਨੂੰ ਜੋ ਲੈ ਕੇ ਸੁੱਟਣ ਲੱਗੇ ਨੂੰ ਉਹਨਾਂ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਉੱਥੋਂ ਮੈਨੂੰ ਫਿਰ ਫੋਨ ਕੀਤਾ ਵੀ ਤੁਸੀਂ ਇੱਕ 36 ਬੰਦੇ ਫੜੇ ਆ, ਲੇਡੀ ਦੇ ਆਦਮੀ, ਅਤੇ ਇੱਕ IO ਭੇਜੋ ਜਿਹੜਾ ਕਾਰਵਾਈ ਕਰ ਸਕੇ, ਸਮਾਨ ਉਹਨਾਂ ਦੇ ਕੋਲ ਨਸ਼ੀਲੇ ਪਦਾਰਥ। ਮੈਂ ਇਸ ਸਬ ਇੰਸਪੈਕਟਰ ਮਨਵੀਰ ਸਿੰਘ ਨੂੰ ਉੱਥੇ ਭੇਜਿਆ, ਜਿਨ੍ਹਾਂ ਨੇ ਸਾਰੀ ਕਾਰਵਾਈ ਕੀਤੀ ਅਤੇ ਉਹਦੇ ਵਿੱਚ ਦੋਸ਼ੀ ਸੁਖਵਿੰਦਰ ਸਿੰਘ ਉਰਫ ਸਾਹਿਲ ਪੁੱਤਰ ਅਨੂਪ ਸਿੰਘ ਵਾਸੀ ਲੁਹਾਰਕਾ ਕਲਾਂ ਥਾਣਾ ਕੰਬੋ, ਅਤੇ ਉਹਦੇ ਨਾਲ ਇੱਕ ਜਨਾਨੀ ਆ ਰਜਨੀ ਉਰਫ ਰੱਜੀ ਪਤਨੀ ਕਸ਼ਮੀਰ ਮਸੀਹ ਵਾਸੀ ਬੌਲੀ ਇੰਦਰਜੀਤ। ਇਹ ਦੋਵੇਂ ਨਸ਼ੇ ਦਾ ਧੰਦਾ ਕਰਦੇ ਆ ਅਤੇ ਇਹ ਇਕੱਠੇ ਰਹਿੰਦੇ ਆ ਇੱਥੇ ਅੰਮ੍ਰਿਤਸਰ ਬਟਾਲੇ ਫੈਜਪੁਰੇ ਅਲੀਵਾਲ ਰੋਡ 'ਤੇ। ਉੱਥੇ ਰਹਿ ਕੇ ਕੋਠੀ ਕਿਰਾਏ 'ਤੇ ਲੈ ਕੇ ਅਤੇ ਉੱਥੇ ਨਸ਼ੇ ਦਾ ਧੰਦਾ ਕਰਦੇ ਆ। ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ 5 ਗ੍ਰਾਮ ਹੀਰੋਇਨ ਅਤੇ 3000 ਗੋਲੀ ਨਸ਼ੀਲੀ ਬਰਾਮਦ ਕੀਤੀ। ਇੱਕ ਸਕੂਟਰੀ ਆ ਜਿਹਨੂੰ ਵਾਹਨ ਦੇ ਉੱਤੇ ਪਾ ਕੇ ਚੈੱਕ ਕੀਤਾ, ਜਿਹਦਾ ਨੰਬਰ PB02AN 5522। ਇੱਕ ਮੋਟਰਸਾਈਕਲ ਹੀਰੋ ਹਾਂਡੇ ਦਾ ਗਲਤ ਨੰਬਰ ਲਾਇਆ ਸੀ, ਉਹ ਗਾਂ ਉਹਨਾਂ ਦਾ ਰਿਮਾਂਡ ਲੈ ਕੇ ਅਤੇ ਤਫਤੀਸ਼ ਕਰਕੇ ਤਸਦੀਕ ਕੀਤੀ ਜਾਊਗੀ ਵੀ ਇਹ ਅਸਲ ਜਿਹੜਾ ਉਹਦਾ ਮਾਲਕ ਕੌਣ ਆ। ਅਤੇ ਇਹਨਾਂ ਦੇ ਖਿਲਾਫ਼ ਜਿਹੜਾ ਉਹ ਸਿਵਲ ਲਾਈਨ ਪਰਚਾ ਦਰਜ ਕਰ ਦਿੱਤਾ ਆ 149/19 NDPS ਐਕਟ ਦੇ ਤਹਿਤ, ਨਾਲ 473 IPC ਵਿੱਚ ਜਿਹੜਾ ਇਹਨਾਂ ਨੇ ਉਹਦੇ ਗਲਤ ਨੰਬਰ ਲਾਇਆ ਸੀ ਐਕਟਿਵਾ 'ਤੇ। ਪਹਿਲਾਂ ਵੀ ਇਹ ਜਿਹੜਾ ਦੋਸ਼ੀ ਆ ਇਹ ਕਈਆਂ ਮੁਕਦਮਿਆਂ ਦੇ ਵਿੱਚ ਵਾਂਟਡ ਆ, ਅਤੇ ਜਿਹੜੀ ਲੇਡੀ ਆ ਇਹਤੇ ਵੀ ਪਹਿਲਾਂ ਇੱਕ ਨਸ਼ੇ ਦਾ ਪਰਚਾ ਜਿਹੜਾ ਉਹ ਦਰਜ ਹੋ ਚੁੱਕਾ, ਅਤੇ ਉਹ ਸਾਹਿਲ ਦੇ ਉੱਪਰ ਵੀ। ਇਹ ਕ੍ਰਿਮੀਨਲ ਆਦਮੀ ਨੇ, ਇਕੱਠੇ ਰਹਿ ਕੇ ਜਨਾਨੀ ਕੋਈ ਆ ਬੰਦਾ ਕੋਈ ਆ ਇਕੱਠੇ ਰਹਿ ਕੇ ਕ੍ਰਾਈਮ ਕਰ।